अस्सलाम वालेकुम जी, सत श्री अकाल, आदाब, प्रणाम जी। मैं थोड़ा वीर जवेद हुसैन राणा अपने प्रोग्राम गुआचियां रूहां के तहत अज पहुंचे जी पिंड तलाब सराय दे विच, जिहड़ा कि जिले लाहौर दे विच वाकिआ है। ते अज थोड़ी गलबात करवावांगे जी इन्हां बजुर्गों के नाल जिन्हां ने पार्टीशन या जिन्हों असी वंड कहने या हिजरत कहने इन्होंने नहीं की, लेकिन ये उस वंड दे उस चीज़ दे ते उदों दे लोकां जिहड़े उदों वसण वाले लोकां दे नूं भली भांत जानदे सी। ते ये उदों इस इलाके दे विच जिन्ने भी लोग सी उहनां दे नाल बहुत ही अच्छे तरीके दे नाल वसदे पए सी। ते इहनां दी उमर तकरीबन उदों कोई 18 साल सी जी। तो करदे आ जी गलबात बजुर्गों के नाल, तो पुछदे आ उन्होंने कोलों ना उन्हों का, तो उन्होंने बारे पुछदे जी। अस्सलाम वालेकुम जी। वालेकुम। अच्छा बजुर्गो की नाम थोड़ा? हाजी उमर दराज। हाजी उमर दराज। अच्छा जी बजुर्गो, तुसी जदों पाकिस्तान ते इंडिया बनिया, हिंदुस्तान बनिया जी, उदों किन्नी उम्र सी जी थोड़ी? मेरे 18-17 साल उम्र। 18-17 साल उम्र। ਤੇ ਤੁਸੀਂ ਸ਼ੁਰੂ ਤੋਂ ਹੀ ਇੱਥੇ ਇਸ ਪਿੰਡ ਤਲਾਬ ਸਰਾਏ ਦੇ ਵਿੱਚ ਰਹਿੰਦੇ ਹੋ? ਪਹਿਲੇ ਮੁਲਕਿਆਂ 'ਚ ਰਹਿੰਦੇ ਸਾ, ਮੁਲਕੇ ਇੱਥੇ ਦੇ, ਇੱਥੇ ਸਾਨੂੰ ਮੁਰੱਬੇ ਮਿਲੇ ਸਾਨੂੰ ਚੂਣੀ ਮੁਲਕੇ। ਠੀਕ ਹੋ ਗਿਆ ਜੀ। ਉਦੋਂ ਦੇ ਜਦੋਂ ਉਹ ਕਿਸ ਤਰ੍ਹਾਂ ਦਾ ਟਾਈਮ ਸੀ 1947 ਦਾ? ਬੜਾ ਅੱਛਾ ਟਾਈਮ ਸੀ, ਬੜਾ ਸਲੂਕ ਸਨ, ਬੜੇ ਮਦਦ ਸਨ। ਕਿਹੜੀਆਂ ਕਿਹੜੀਆਂ ਕੌਮਾਂ ਵੱਸਦੀਆਂ ਸੀ ਉਦੋਂ? ਉਦੋਂ ਸਿੱਖ ਵੱਸਦੇ ਸਨ। ਹਾਂਜੀ। ਇਹਨਾਂ ਦੇ ਵਿੱਚ ਆਪੋ ਆਪਦੀਆਂ ਰਸਮਾਂ ਹੁੰਦੀਆਂ, ਕਾਲੀਏ ਹੁੰਦੇ ਸਨ ਸਿੱਖਾਂ ਦੇ। ਠੀਕ ਹੈ ਜੀ। ਉਹ ਵੀ ਆਣ ਕੇ ਨਾ ਗੀਤ ਵੀ ਲਾਉਂਦੇ ਸਨ, ਸਮਝਾਉਂਦੇ ਸਨ ਵੀ ਆਹ ਹੋਣਾ ਚਾਹੀਦਾ, ਆਹ ਕਰਨਾ ਚਾਹੀਦਾ। ਅਤੇ ਹਿੰਦੂ 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 ਵੀ ਵੱਸਦੇ ਸੀ? ਆਹੋ ਹਿੰਦੂ ਹੈ, ਯਾਨੀ ਕਿ ਖੱਤਰੀ ਜਿਹਨਾਂ ਕਿ ਇਹਨਾਂ ਦੇ ਦੁਕਾਨ ਖੱਤਰੀ। ਆਹੋ, ਉਹ ਸ਼ਹਿਰ ਚੂਣੀ ਸਾਰਾ ਖੱਤਰੀਆਂ ਦਾ ਸੀ। ਅੱਛਾ ਬਜ਼ੁਰਗੋ, ਚੂਣੀਆਂ ਦੇ ਵਿੱਚ ਤੁਸੀਂ ਕਿੰਨੀ ਕੁ ਦੇਰ ਰਹੇ ਹੋ? ਮੈਂ ਤਾਂ ਹੁਣ ਮੇਰਾ ਖਿਆਲ 80 ਸਾਲ ਹੋ ਗਏ। ਕਿਹੜਾ ਪਿੰਡ ਸੀ ਉੱਥੇ ਚੂਣੀਆਂ ਦੇ ਵਿੱਚ? ਚੂਣੀ ਰੱਖ ਚੂਣੀ ਵੱਜਦੀ, ਸਾਨੂੰ ਰੱਖ ਦੀ ਪੈਲੀ ਮਿਲੀ ਸੀ, ਰੱਖ ਦੀ ਪੈਲੀ। ਹੁਣ ਚੌਕ ਵੱਜਦੀ ਬਲੋਚਾਂ ਦੀ, ਸਾਨੂੰ ਉੱਠਾਂ 'ਚ ਮਿਲੀ ਸੀ ਨਾ। ਅੱਛਾ, ਤੁਹਾਡੀ ਜਿਹੜੀ ਇਹ ਕੌਮ ਇਹ ਬਲੋਚ ਬਰਾਦਰੀ ਦੇ ਨਾਲ? ਬਲੋਚ। ਹਾਂ ਠੀਕ ਹੈ ਜੀ। ਅੱਛਾ ਬਜ਼ੁਰਗੋ, ਉਦੋਂ ਦੇ ਜਿਹੜੇ ਲੋਕ ਸੀ ਮੁਦਗੇ ਦੇ ਵਿੱਚ ਰਹਿੰਦੇ ਸੀ 47 ਤੋਂ ਪਹਿਲੇ? ਆਹੋ, ਸਿੱਖ ਸਿੱਖ ਸੀ। ਕਿੰਨੇ ਕੁ ਘਰ ਸੀ ਸਿੱਖਾਂ ਦੇ? ਸਿੱਖਾਂ ਦੇ ਜ਼ਿਆਦਾ ਘਰ ਸਨ, ਸਾਡੀ ਬਸਤੀ ਨਾਲ ਹੀ ਸੀ, ਇਕੱਠੇ ਸਨ। ਅੱਛਾ। ਅਤੇ ਉਹ ਸਿੱਖਾਂ ਦੀ 500-500 ਦੇ ਕਮਾਂ ਦੇ ਮਾਲਕ ਸਨ। 500-500 ਕਮਾਂ ਦੇ ਮਾਲਕ ਸੀ? ਹਾਂ। ਅਤੇ ਅਸੀਂ ਬੇਜ਼ਮੀਨੇ ਸਾਂ, ਅਸੀਂ ਤੁਹਾਡੇ ਕੋਲ ਜ਼ਮੀਨ ਨਹੀਂ, ਉੱਥੇ ਫਿਰ ਸਾਨੂੰ ਮਿਲੀ। ਅੱਛਾ, ਫਿਰ ਉੱਥੇ ਮਿਲੀ। ਅੱਛਾ ਬਜ਼ੁਰਗੋ, ਜਿਹੜੇ ਸਿੱਖ ਸੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਭਾਈਚਾਰਾ ਸੀ? ਵਾਹ ਵਾਹ ਭਾਈਚਾਰਾ, ਮੁਹੱਬਤ ਸੀ, ਬੜੀ ਮੁਹੱਬਤ, ਪਿਆਰ। ਵਿਆਹ ਸ਼ਾਦੀਆਂ 'ਤੇ ਉਹਨਾਂ ਸਾਨੂੰ ਸੱਦਣਾ ਸੀ, ਉਹਨਾਂ ਨੂੰ ਸੱਦਣਾ ਰੋਟੀਆਂ ਲੈਦਾ ਵਾ। ਅਤੇ ਬੜਾ ਕਹਿੰਦੇ ਕੀ ਬਣਿਆ ਫਿਰ ਰਾਤੋਂ ਰਾਤ ਹੀ ਸਾਰਾ ਮਸਲਾ ਬਣ ਗਿਆ ਕਿ ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ, ਲੜਾਈਆਂ ਝਗੜੇ ਸ਼ੁਰੂ ਹੋ ਗਏ? ਕੁਦਰਤ ਦਾ ਬਸ ਹੈ ਨਾ। ਅੱਛਾ, ਜਿਹੜੀ ਕਿ ਉਦੋਂ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਪਾਕਿਸਤਾਨ ਇਹ ਲਹਿਦਾ ਹੋ ਗਿਆ, ਇੱਥੋਂ ਹੁਣ ਸਿੱਖਾਂ ਨੇ ਚਲੇ ਜਾਣਾ? ਆਹੋ, ਲੱਗ ਗਿਆ ਸਾਨੂੰ ਪਤਾ ਲੱਗ ਗਿਆ ਕਿ ਉਹ ਸਿੱਖਾਂ ਨੇ ਸਨ, ਅਸੀਂ ਨਹੀਂ ਜਾਣਾ, ਅਸੀਂ ਨਹੀਂ ਜਾਣਾ, ਸਾਡੀਆਂ 40 ਜੜ੍ਹਾਂ, ਸਾਡੇ 500-500 ਕਮਾਂ ਦੇ ਮਾਲਕ ਹਾਂ ਅਸੀਂ, ਜਿਹੜੇ ਕੁਦਰਤ ਨੇ ਜਿਸ ਫੇਰਿਆ ਫਿਰ ਵਿਚਾਰੇ ਰੋਂਦੇ ਗਏ, ਮਿਲਦੇ ਗਏ, ਅਸੀਂ ਸਰਦਾਰ ਹੋ ਗਏ। ਹਾਂ। ਅਤੇ ਨਾ ਜਾਣਦੇ ਹੋ ਜੀ ਸਿੱਖ ਜਿਹੜੇ? ਹਾਂ ਜਾਣਦੇ ਹਾਂ। ਕਿਹੜੇ ਕਿਹੜੇ ਸੀ? ਇਹ ਤੇਜਾ ਸਿੰਘ ਸਰਦਾਰ ਸੀ, ਨਾਲੇ ਮਛਰੇਰ ਸੀ। ਨਾਮ ਦੱਸਿਆ ਜੀ ਸੀ? ਤੇਜਾ ਸਿੰਘ ਸਰਦਾਰ ਸੀ, ਤੇਜਾ ਸਿੰਘ। ਹਾਂ, ਨਾਲੇ ਮਛਰੇਰ ਸੀ, ਨਾਲੇ ਮਛਰੇਰ ਸੀ ਜੀ। ਆਹੋ। ਅਤੇ ਉਹ 500 ਦਾ ਕਮਾਨ ਦਾ ਮਾਲਕ ਸੀ, 500 ਕਿੱਲੇ ਦਾ ਮਾਲਕ। ਫਿਰ ਅਰਜਨ ਸਿੰਘ ਸੀ, ਉਹ ਵੀ 500 ਦਾ ਕਮਾਨ ਸੀ। ਅਰਜਨ ਸਿੰਘ? ਹਾਂ। ਲਾਭ ਸਿੰਘ, ਉਹ ਵੀ ਲਾਭ ਸਿੰਘ ਸੀ ਜਿਹੜਾ, ਉਹ ਵੀ 500 ਕਿੱਲੇ ਦਾ ਮਾਲਕ। ਆਹੋ, ਉਹ ਵੀ 500 ਕਮਾਨ ਦਾ ਮਾਲਕ ਸੀ। ਅੱਛਾ ਬਜ਼ੁਰਗੋ, ਉਦੋਂ ਇੱਥੇ ਮੁਸਲਮਾਨ ਜਿਹੜੇ ਇੱਧਰ ਰਹਿੰਦੇ ਸੀ, ਜ਼ਿਆਦਾ ਜ਼ਮੀਨਾਂ ਮੁਸਲਮਾਨਾਂ ਕੋਲ ਸੀ ਜਾਂ ਰਲੀਆਂ ਮਿਲੀਆਂ ਸੀ ਜਾਂ ਸਿੱਖਾਂ ਕੋਲ? ਜ਼ਿਆਦਾ ਸਿੱਖਾਂ ਕੋਲ, ਜ਼ਿਆਦਾ ਸਿੱਖ। ਮੁਸਲਮਾਨ ਵੀ ਮਾਲਕ ਆਇਆ ਸੀ? ਹਾਂ, ਮੈਂ ਗਏ ਸਾਂ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਮੁਸਲਮਾਨਾਂ ਦੀ ਉਦੋਂ ਇੱਧਰ? ਇਹ ਮੁਸਲਮਾਨਾਂ ਦੀ ਜਿਹੀ ਆਈ ਸਨ, ਜਾਂ ਰਾਜਪੂਤ ਪੱਠੀ। ਅੱਛਾ। ਅਤੇ ਜਾਂ ਬਲੋਚ, ਜਾਂ ਇਹ ਕੰਮਾਂ ਸਨ। ਅੱਛਾ। ਅਤੇ ਜਦੋਂ ਇਹ ਕਹਿੰਦੇ ਰਹੇ ਕਿ ਵੰਡ ਹੋ ਗਈ ਹੈ 1947 'ਚ ਹਿੰਦੁਸਤਾਨ ਲਹਿਦਾ ਹੋ ਗਿਆ। ਹਾਂ। ਅਤੇ ਪਾਕਿਸਤਾਨ ਲਹਿਦਾ ਹੋ ਗਿਆ। ਹਾਂ। ਉਦੋਂ ਤੁਸੀਂ ਮੈਨੂੰ ਇਹ ਦੱਸੋ ਕਿ ਉਦੋਂ ਇਹ ਸਿੱਖ ਸੀ ਜਿਹੜੇ, ਇਹਨਾਂ ਨੂੰ
ਕਿਸੇ ਨੇ ਕਿਹਾ ਸੀ ਚਲੇ ਜਾ ਉੱਠ ਕੇ ਜਾਂ ਉਹਨਾਂ ਨੇ ਫਿਰ ਆਪ ਹੀ ਆਪਦਾ ਦਿਲ ਬਣਾ ਲਿਆ ਸੀ ਮਨ ਬਣਾ ਲਿਆ ਸੀ ਕਿ ਚਲੇ ਜਾਈਏ ਨਹੀਂ ਕੁਦਰਤ ਵੱਲੋਂ ਹੁਕਮ ਆ ਗਿਆ ਸੀ ਨਹੀਂ ਉਹ ਗਏ ਕਿਵੇਂ ਉਹ ਕਹਿੰਦੇ ਸੀ ਨਾ ਸਾਡੀਆਂ ਪਤਾਲ 'ਚ ਜੜਾਂ ਉਹ ਗਏ ਫਿਰ ਉਹਨਾਂ ਨੂੰ ਮਾਰੀ ਦਿਆਂ ਜਾਣਾ ਪਿਆ ਉਹ ਨਹੀਂ ਸਾਡਾ ਕਈ ਯਾਰ ਮੁਸਲਮਾਨ ਹੋਏ ਨੇ ਡਰੇ ਗਏ ਨੇ ਅੱਛਾ ਕਈ ਮੁਸਲਮਾਨ ਹੋ ਗਏ ਆਪਣੀ ਜ਼ਮੀਨ ਆਪ ਜ਼ਮੀਨ ਆਹੋ ਉੱਥੇ ਇੱਕ ਸਾਡੇ ਕੋਲ ਪਿੰਡ ਹੋ ਸਕਿਆ ਮੁਹੰਮਦ ਆਸ਼ਕੇ ਉਹਦੇ ਨਾਂ ਰੱਖਿਆ ਅੱਗੇ ਹੋਰ ਸੀ ਸਿੱਖ ਉਹ ਮੁਸਲਮਾਨ ਹੋ ਗਿਆ ਸੀ ਠੀਕ ਹੈ ਜਿਵੇਂ ਜੀ ਸੰਤਾ ਸਿੰਘ ਬਾਠ ਦਾ ਨਾਮ ਆ ਜਿਵੇਂ ਆਹੋ ਆ ਸੀ ਇਹ ਵੀ ਮੁਸਲਮਾਨ ਹੋ ਗਿਆ ਸੀ ਤੇ ਮੁਹੰਮਦ ਅਜ਼ੀਜ਼ ਨਾਂ ਰੱਖ ਦਿੱਤਾ ਇਸ ਤਰ੍ਹਾਂ ਕਿਹ ਰਹਿ ਗਿਆ ਸਾਨੂੰ ਅੱਛਾ ਬਜ਼ੁਰਗੋ ਉਦੋਂ ਫਿਰ ਜਦੋਂ ਇਹ ਗਏ ਨਹੀਂ ਸਿੱਖ ਇੱਧਰੋਂ ਨਾ ਕਿ ਇਹ ਲੋਕਾਂ ਨੇ ਇਹਨਾਂ ਨੂੰ ਲੜਾਈ ਝਗੜੇ ਵਾਸਤੇ ਆਪਣੇ ਮੁਸਲਮਾਨ ਜਿਹੜੇ ਭਰਾ ਸੀ ਨਾ ਇਹਨਾਂ ਨੇ ਲੜਾਈ ਝਗੜਾ ਕੀਤਾ ਉਹਨਾਂ ਦੇ ਨਾਲ ਨਹੀਂ ਨਹੀਂ ਇੱਕ ਥਾਂ 'ਤੇ ਹੋਇਆ ਸੀ ਮੁਹੰਮਦ ਸਾਹਿਬ ਮੁਸਲਮਾਨ ਗੰਜਿਆਂ ਦਾ ਇੱਥੇ ਗੰਜਿਆਂ ਦਾ ਪਿੰਡ ਹੈਗਾ ਗੰਜੇ ਠੀਕ ਹੈ ਜੀ ਉੱਥੇ ਬੜੇ ਪਿੰਡ ਜੋੜ ਗਏ ਹਨ ਇਹ ਸਾਡਾ ਸੁਣਨਾ ਨਹੀਂ ਅੱਛਾ ਉਹਨਾਂ ਫਿਰ ਨਾ ਮੁਸਲਮਾਨ ਦੀ ਪਾਰਟੀ ਲੈ ਕੇ ਅਤੇ ਢੋਲ ਵਜਾ ਕੇ ਨਾ ਤੋਂ ਬੰਦੇ ਮਰੇ ਵੀ ਬੜੇ ਸਿੱਖਾਂ ਦੇ ਫਿਰ ਬੋਲ ਨਿਕਲ ਗਏ ਅੱਛਾ ਅਤੇ ਜਿਹੜੇ ਇਹ ਲੋਕ ਸੀ ਸਿੱਖ ਸੀ ਇਹ ਸਮਾਨ ਆਪਣਾ ਇੱਥੇ ਛੱਡ ਗਏ ਇੱਥੇ ਛੱਡ ਗਿਆ ਅਤੇ ਲੈ ਕੇ ਕੀ ਨਾਲ ਲਗਾਇਆ ਸੀ ਕੁਛ ਆ ਕੇ ਕੁਝ ਵੀ ਨਾ ਵਿਚਾਰੇ ਇਵੇਂ ਹੀ ਗਏ ਜਿਵੇਂ ਆਪਣੇ ਮਧਰੂ ਆਏ ਨੇ ਇਵੇਂ ਇਸ ਤਰ੍ਹਾਂ ਇੱਧਰੋਂ ਜਿਹੜੇ ਲੋਕ ਜਾਣ ਵਾਲੇ ਸੀ ਹਾਂ ਅਤੇ ਆਪਣੇ ਮੁਸਲਮਾਨ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਰੁਕ ਜਾਓ ਨਾ ਜਾਓ ਇੱਥੇ ਹੀ ਰਹੋ ਇਸ ਤਰ੍ਹਾਂ ਦਾ ਪਿਆਰ ਸਲੂਕ ਹੈ ਸੀ ਮਿਲ ਕੇ ਰੋ ਕੇ ਗਏ ਨੇ ਰੋਂਦੇ ਗਏ ਇੰਨੇ ਰੋਂਦੇ ਰੋਂਦੇ ਗਏ ਨੇ ਕਿ ਦਿਲ ਨਹੀਂ ਕਰਦਾ ਜਾ ਅੱਛਾ ਹੋਰ ਜਿਹੜੇ ਤੁਹਾਡੇ ਬੇਲੀ ਸੀ ਤੁਸੀਂ ਜਿਹਨਾਂ ਨੂੰ ਜਾਣਦੇ ਹੋ ਜਿਹਨਾਂ ਦੇ ਨਾਲ ਖੇਡਦੇ ਰਹੇ ਹੋ ਉਹਨਾਂ ਦੇ ਨਾਂ ਕੋਈ ਯਾਦ ਨੇ ਉੱਥੋਂ ਇੱਕ ਬਾਜਾ ਸਿੰਘ ਹੈਗਾ ਸਿੱਖ ਮੇਰਾ ਨਹੀਂ ਸੀ ਮੁਤਕਿਆਂ ਦਾ ਮੁਤਕਿਆਂ ਦਾ ਬਾਜਾ ਸਿੰਘ ਅਰਜਨ ਸਿੰਘ ਦਾ ਪੁੱਤਰ ਸੀ ਅਰਜਨ ਸਿੰਘ ਦਾ ਆਹੋ ਉਹ ਫਿਰ ਸਾਨੂੰ ਮੁਰੱਬੇ ਮਿਲੇ ਤੇ ਸਾਨੂੰ ਉੱਥੇ ਮਿਲਣ ਜਾਂਦਾ ਹੁੰਦਾ ਸੀ ਬੜਾ ਸਲੂਕ ਪਿਆਰ ਸੀ ਉਹ ਭਾਵੇਂ ਹੋਵੇ ਤੇ ਦੂਜੇ ਵੱਡੇ ਤੇ ਅੱਲਾ ਨੂੰ ਪਿਆਰੇ ਹੋ ਗਏ ਹੋਣੇ ਨੇ ਅੱਛਾ ਜਿਹੜਾ ਮੁਦਕੇ ਪਿੰਡ ਹੈ ਜੀ ਹਾਂ ਇਹਦੇ ਵਿੱਚ ਯਾਨੀ ਕਿ ਉਹ ਕਹਿੰਦੇ ਨੇ ਕਿ ਜਿਹੜੇ ਘਰ ਸੀ ਸਿੱਖਾਂ ਦੇ ਸਾਰੇ ਤਕੜੇ ਤਕੜੇ ਘਰ ਤਕੜੇ ਤਕੜੇ ਤੇ ਨਾਲ ਇੱਕ ਪਿੰਡ ਧਾੜੀਵਾਲ ਵੀ ਹੈਗਾ ਧਾੜੀਵਾਲ ਹੈਗਾ ਧਾੜੀਵਾਲ ਵੀ ਤੁਸੀਂ ਉਦੋਂ ਉਸ ਵੰਡ ਦੇ ਦੌਰਾਨ ਸਾਡੇ ਕੋਲ ਹੀ ਧਾੜੀਵਾਲ ਧਾੜੀਵਾਲ 'ਚ ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ ਸੀ ਨਾਲੇ ਤੇ ਇੱਥੇ ਜਲਾਏ ਸਨ ਜਲਾਏ ਸੀ ਹਾਂ ਮੁਸਲਮਾਨ ਜਲਾਏ ਮੁਸਲਮਾਨ ਸਿੱਖ ਨਹੀਂ ਸੀ ਹੈਗੇ ਸਿੱਖ ਸਿੱਖਾਂ ਵੀ ਹੈਗੇ ਸਨ ਜ਼ਿਆਦਾ ਜਲਾਇਆ ਜਾਂਦਾ ਅੱਛਾ ਸਿੱਖ ਥੋੜ੍ਹੇ ਸੀ ਉੱਥੇ ਹਾਂ ਇੱਥੇ ਥੋੜ੍ਹੇ ਉਹਦਾ ਕੋਈ ਪਤਾ ਮਾਂ ਕਿਹੜੇ ਕਿਹੜੇ ਮਾਲਕ ਸੀ ਧਾੜੀਵਾਲ ਪਿੰਡ ਦੇ ਮੇਰਾ ਖਿਆਲ ਉਹ ਜ਼ਿਲ੍ਹਾ ਕਸੂਰ ਦੇ ਵਿੱਚ ਹੈ ਨਾ ਜੀ ਧਾੜੀਵਾਲ ਇਹ ਕਸੂਰ ਦਾ ਜੀ ਹੁਣ ਬਣਿਆ ਪਹਿਲੇ ਲਾਹੌਰ ਸੀ ਸਾਰਾ ਪਹਿਲੇ ਲਾਹੌਰ ਦੇ ਵਿੱਚ ਹੀ ਸੀ ਠੀਕ ਹੈ ਸਾਰਾ ਲਾਹੌਰ ਸੀ ਤਸੀਲ ਚੂਣੀ ਸੀ ਚੂਣੀਆਂ ਸੀ ਅਤੇ ਜਦੋਂ ਵੰਡ ਹੋਈ ਆਹੋ ਉਹ ਸਮਾਨ ਜਿਹੜਾ ਸੀ ਉਹਨਾਂ ਦਾ ਸਿੱਖਾਂ ਦਾ ਜਿਹੜਾ ਇੱਧਰ ਰਹਿ ਗਿਆ ਸੀ ਹਾਂ ਉਹਦਾ ਫਿਰ ਕੀ ਕੀਤਾ ਇਹਨਾਂ ਲੋਕਾਂ ਦਾ ਇਹ ਕੀਤਾ ਗਿਆ ਪਿੱਛੇ ਆਣ ਕੇ ਗੌਰਮੈਂਟ ਨੂੰ ਹੁਕਮ ਸੀ ਵੀ ਇਹ ਮਾਲ ਮੁਸਲਮਾਨਾਂ ਜਿਵੇਂ ਜਿਵੇਂ ਲਿਆ ਉਵੇਂ ਇਕੱਠਾ ਕਰਕੇ ਅਤੇ ਇਹ ਮਾਜਰ ਜਿਹੜੇ ਲੋਕ ਆ ਨੇ ਇਹਨਾਂ ਨੂੰ ਦਿਓ ਇਹਨਾਂ ਨੂੰ ਦਿਓ ਫਿਰ ਸਾਡੇ ਕੋਲ ਜਿਹੜੇ ਮਾਲ ਡੰਗਰ ਉਹ ਸਾਨੂੰ ਦੇ ਗਏ ਅਤੇ ਇਹਨਾਂ ਨੂੰ ਬਹਾਦਰ ਕਰੋ ਅਤੇ ਪੱਠੇ ਪਾਓ ਮੈਂ ਬਜ਼ੁਰਗ ਇੱਕ ਬੜੀ ਤਲਖ ਜਿਹੀ ਗੱਲ ਹੈਗੀ ਹੈ ਮੈਂ ਉਹ ਅਕਸਰ ਸੁਣਦਾ ਆਇਆ ਇਹ 73-74 ਸਾਲ ਹੋ ਗਏ ਨੇ ਇਸ ਚੀਜ਼ ਨੂੰ ਕਿ ਮੈਂ ਸੁਣਦਾ ਕਿ ਜਿਹੜੇ ਉੱਧਰੋਂ ਮੁਸਲਮਾਨ ਆਏ ਸੀ ਇੱਧਰ ਹਿਜਰਤ ਕਰਕੇ ਆਏ ਨੇ ਜਾਂ ਵੰਡ ਤੋਂ ਬਾਅਦ ਆਏ ਨੇ ਉਹ ਕਹਿੰਦੇ ਨੇ ਕਿ ਇੱਥੋਂ ਰਹਿਣ ਵਾਲੇ ਲੋਕ ਉਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ ਕਹਿੰਦੇ ਸੀ ਕਿ ਇਹ ਕਿੱਥੋਂ ਆ ਗਏ ਉਹਦੇ ਹੋਰ ਵੀ ਬਾਤ ਹੈ ਇੱਧਰ ਉਹਨੂੰ ਆਪਾਂ ਇੱਥੇ ਘਰ ਬੈਠੇ ਹਾਂ ਉੱਥੋਂ ਬੰਦਾ ਆਵੇ ਤਾਂ ਉਹਨੇ ਮਜਬੂਰੀ ਨਾਲ ਹੀ ਬਹਿਣਾ ਨਾ ਹਾਂਜੀ ਇਸ ਤਰ੍ਹਾਂ ਨਾਲ ਜਿਹੜੇ ਆਏ ਸਨ ਹੈਗੇ ਵੀ ਮਾੜੇ ਸਨ ਇਹਨਾਂ ਦੀਆਂ ਮਗਰ ਜ਼ਮੀਨਾਂ ਮੇਰਾ ਖਿਆਲ ਕੋਈ ਸਨ ਅੱਛਾ ਗੈਰ ਇਲਾਕਾ ਸੀ ਹਿੰਦੁਸਤਾਨ ਉਹਦੇ ਪੈਦਾ ਨਹੀਂ ਸੀ ਅੱਛਾ ਇਹ ਜਿਸ ਲਿਆਏ ਨੇ ਮਾੜੇ ਸਨ ਫਿਰ ਮੇਰੇ ਕੋਲ ਦਾਣੇ ਲੈ ਲਏ ਅਤੇ ਅਗਲੇ ਕੋਲ ਲੈ ਲਏ ਅਗਲੇ ਕੋਲ ਗੁਜ਼ਾਰਾ ਹੁੰਦਾ ਰਿਹਾ ਇਹਨਾਂ ਨੂੰ ਫਿਰ ਮਗਲੀਆਂ ਜ਼ਮੀਨਾਂ ਆਈਆਂ ਅਤੇ ਫਿਰ ਇਹ ਮਾਲਕ ਬਣੇ ਅੱਛਾ ਤੁਸੀਂ ਕਿਸੇ ਜਿਹੜੇ ਮੁਸਲਮਾਨ ਹਿਜਰਤ ਕਰਕੇ ਤੁਹਾਡੀ ਵੀ ਇਹਨਾਂ ਨਾਲ ਕੋਈ ਲੜਾਈ ਝੜਾਈ ਹੋਈ ਕਿ ਨਹੀਂ ਕਿ ਆਉਂਦਿਆਂ ਨਾਲ ਤੁਹਾਡਾ ਪਿਆਰ ਮੁਹੱਬਤ ਬਣ ਗਿਆ ਬੜਾ ਪਿਆਰ ਮੁਹੱਬਤ ਬਣ ਗਿਆ ਅਤੇ ਸਿੱਖ ਜਿਹੜੇ ਸੀ ਉਹ ਕਹਿੰਦੇ ਸੀ ਕਿ ਅਸੀਂ ਵਾਪਸ ਆ ਜਾਵਾਂਗੇ ਜਾਂ ਕਹਿੰਦੇ ਸੀ ਕਿ ਹੁਣ ਨਹੀਂ ਆਉਣਾ ਨਾ ਉਹ ਤਾਂ ਆਉਂਦੇ ਸਨ ਅਸੀਂ ਨਹੀਂ ਰਹਿਣਾ ਅਸੀਂ ਆ ਜਾਣਾ ਵਾਪਸ ਆ ਜਾਣਾ ਸਾਡੇ ਘਰਾਂ ਦੇ ਵਿੱਚ ਬੜੀ ਮੈਂ ਅੱਜ ਰਕਬਾ ਹੈ ਜਿਹੜਾ ਅੱਜ ਜ਼ਮੀਨ ਹੈ ਸਾਰੇ ਨਾਲ ਪਾਕਿਸਤਾਨ ਨਾਲ ਮੇਰੀ ਜ਼ਮੀਨ ਜਿਹੜੇ ਸਰਦਾਰ ਸੀ ਉਹਨਾਂ ਦਾ ਦਿਲ ਨਹੀਂ ਸੀ ਕਰਦਾ ਕਿ ਅਸੀਂ ਸਰਦਾਰੀ ਛੱਡ ਕੇ ਚਲੇ ਜਾਈਏ ਅਤੇ ਕਹਿੰਦੇ ਨੇ ਕਿ ਕੁਛ ਔਰਤਾਂ ਜਿਹੜੀਆਂ ਕੋਈ ਲਗਭਗ
ਆਕੇ ਹੀ ਰਹਿ ਗਈਆਂ ਸੀ ਉਧਰ ਰਹਿ ਗਈਆਂ ਸੀ ਕੋ 10000 10000 15000 ਪਿੱਛੇ ਕੈਂਪਾਂ ਚ ਆਈਆਂ ਨੇ ਕਈ ਇੱਧਰ ਰਹਿ ਗਈਆਂ ਸੀ ਹਾਂ ਆਪਣੇ ਜਿਹੜੇ ਮੁਸਲਮਾਨ ਸੀ ਇੱਧਰ ਦੇ ਰਹਿੰਦੇ ਸੀ ਇਹਨਾਂ ਨੇ ਵੀ ਕੋਈ ਔਰਤਾਂ ਉਹ ਰੱਖੀਆਂ ਸੀ ਆਪਦੇ ਘਰਾਂ 'ਚ ਸਿੱਖਾਂ ਦੀਆਂ ਹਾਂ ਨਹੀਂ ਉਹ ਤਾਂ ਲੈ ਗਏ ਸਨ ਕੋਈ ਮਜਬੂਰੀ ਨਾ ਰਹਿ ਜਾਏ ਮਾੜਾ ਮੋਟਾ ਤਾਂ ਜਿਹੜੇ ਬੁੱਢੇ ਵਡੇਰੇ ਰਹਿ ਗਏ ਸੀ ਬਜ਼ੁਰਗ ਰਹਿ ਗਏ ਸੀ ਉਹਨਾਂ ਨੂੰ ਮਾਰਿਆ ਤਾਂ ਨਹੀਂ ਮੁਸਲਮਾਨਾਂ ਨੇ ਨਹੀਂ ਮਾਰਿਆ ਅਸੀਂ ਆਪ ਉਹਨਾਂ ਨੂੰ ਗੱਡੀ ਸਾਡੇ ਕੋਲ ਹੁੰਦੀਆਂ ਹਨ ਬਲਦਾਂ ਦੀਆਂ ਅਤੇ ਉਹਨਾਂ ਨੂੰ ਉੱਤੇ ਚੜ੍ਹਾ ਕੇ ਅਤੇ ਗੱਡੀ 'ਚ ਆਣ ਕੇ ਚੜ੍ਹਾਉਣਾ ਚੜ੍ਹਾ ਕੇ ਅਤੇ ਉਹਨਾਂ ਫਿਰ ਜਾਣਾ ਅੱਛਾ ਜਿਹੜੀ ਕਿ ਤੁਹਾਡਾ ਉਹਨਾਂ ਦੇ ਨਾਲ ਬਹੁਤ ਗੂੜਾ ਪਿਆਰ ਸੀ ਮੇਰਾ ਪਿਆਰ ਸੀ ਅਤੇ ਕੀ ਇਹ ਕਿਵੇਂ ਹਨੇਰੀ ਚੱਲੀ ਕਿਸ ਤਰ੍ਹਾਂ ਪਤਾ ਲੱਗਿਆ ਕਿ ਦੋ ਮੁਲਕ ਬਣ ਗਏ ਨੇ ਇਹ ਮੇਰਾ ਬਾਬੇ ਕਾਇਦ ਆਲਮ ਹੀ ਬਣਾਇਆ ਨਹੀਂ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਰੇਡੀਓ ਸੀ ਸਾਨੂੰ ਉਸ ਵੇਲੇ ਸਾਨੂੰ ਪਤਾ ਲੱਗ ਗਿਆ ਸੀ ਵੀ ਪਾਕਿਸਤਾਨ ਨਹੀਂ ਅਖਬਾਰ ਹੁੰਦਾ ਸੀ ਕਿ ਰੇਡੀਓ ਸੀ ਕਿਸ ਤਰ੍ਹਾਂ ਪਤਾ ਲੱਗਿਆ ਸੀ ਪਤਾ ਇਸ ਤਰ੍ਹਾਂ ਹੀ ਲੱਗਾ ਸੀ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਹਾਂ ਆਹ ਜਿਹੜੀਆਂ ਖਬਰਾਂ ਸਨ ਨਾ ਉਸ ਵੇਲੇ ਆਹ ਰੇਡੀਓ ਹੁੰਦੇ ਸਨ ਰੇਡੀਓ ਸੀ ਇਹਦੇ 'ਚ ਖਬਰ ਆ ਜਾਂਦੀ ਸੀ ਵੀ ਆਹ ਹੋਣਾ ਹੈ ਮੁਸਲਮਾਨ ਬੈਠੇ ਰਹੇ ਅਤੇ ਸਿੱਖ ਚਲੇ ਗਏ ਆਹੋ ਆਹੋ ਇਹ ਖਬਰਾਂ ਦੇ ਪਤਾ ਲੱਗਦਾ ਤੁਹਾਡੇ ਸਾਹਮਣੇ ਕੋਈ ਲੜਾਈ ਝਗੜਾ ਤੁਹਾਡੇ ਅੱਖਾਂ ਦੇ ਵੇਖਣ 'ਚ ਹੋਇਆ ਨਹੀਂ 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 ਹੋਇਆ ਵੈਸੇ ਲੋਕ ਉਦਾਸ ਸੀਗੇ ਚੱਲੇ ਨੇ ਅਤੇ ਉੱਧਰੋਂ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਆਉਣਗੇ ਇਹ ਇੱਥੋਂ ਚਲੇ ਜਾਣਗੇ ਤਾਂ ਪੱਕਾ ਹੋ ਗਿਆ ਸੀ ਪੱਕਾ ਹੋ ਗਿਆ ਸੀ ਬਾਕਾ ਜਿਹੜਾ ਗਰੀਬ ਅਸੀਂ ਗਰੀਬ ਸਾਂ ਪੰਜ ਸੌ ਯਾਰ ਪਹਿਲੀ ਵਾਰ ਆ ਤਾਂ ਸਾਨਾ ਅਤੇ ਖਾਧੀ ਯਾਰ ਯਾਨੀ ਕਿ ਉਹ ਵੇਲੇ ਦੇ ਵਿੱਚ ਸਿੱਖਾਂ ਦਾ ਵਰਤਾਅ ਬਹੁਤ ਹੀ ਚੰਗਾ ਸੀ ਬੜਾ ਬਹੁਤ ਅੱਛਾ ਸਾਧਾ ਵਾਲੇ ਬੰਦੇ ਸਨ ਬਜ਼ੁਰਗੋ ਜਦੋਂ ਖਰਾਬੀਆਂ ਹੈਗੀਆਂ ਸਨ ਲੇਕਿਨ ਇਸ ਮਾਮਲੇ 'ਚ ਠੀਕ ਸੀ ਉਸ ਵੇਲੇ ਹੁਣ ਤਾਂ ਥਾਂ 'ਚ ਉਸ ਵੇਲੇ ਕਤਲ ਕਮਾਉਣੀ ਸੀ ਹੁੰਦਾ ਕਤਲ ਜੇ ਹੋ ਵੀ ਜਾਏ ਨਾ ਇੱਕ ਹਨੇਰੀ ਚੜ੍ਹਦੀ ਸੀ ਉਹ ਰੱਤੀ ਲਾ ਹਨੇਰੀ ਪਤਾ ਲੱਗ ਜਾਂਦਾ ਵੀ ਅੱਜ ਕਿਤੇ ਕਤਲ ਬੰਦਾ ਮਰ ਗਿਆ ਹਾਂ ਬੰਦਾ ਮਰ ਅੱਛਾ ਜਦੋਂ ਇਹ ਮਾਂਗਾ ਜਿਹੜਾ ਸ਼ਹਿਰ ਹੁਣ ਬਣਿਆ ਹੋਇਆ ਮਾਂਗਾ ਮੰਡੀ ਹੈ ਜਿਹੜਾ ਇਹ ਕਿਸ ਤਰ੍ਹਾਂ ਦਾ ਸੀ ਤੁਸੀਂ ਦੇਖਿਆ ਉਦੋਂ 47 ਤੋਂ ਇਹ ਮੈਂ ਵੇਖਦਾ ਰਿਹਾ ਹੁਣ ਖਰੇ ਤੁਸੀਂ ਵੇਖਿਆ ਇੱਕ ਦਰਬਾਰ ਹੀ ਹਕੀਕਤ ਥੱਲੇ ਇੱਕ ਮਿਊ ਇੱਕ ਘਰ ਕੌਣ ਕੋਈ ਸ਼ਹਿਰ ਹੀ ਸੀ ਇੱਥੇ ਉਹ ਬੈਠਾ ਹੁੰਦਾ ਸੀ ਨਾ ਉਹ ਸਿਰਫ ਨਾ ਮਸਤ ਸੀ ਸਿਰਕਣਾਂ ਦੀ ਡੱਬੀ ਸਿਰਕਣਾਂ ਦੀ ਮੁੰਨ ਮੰਗੀ ਜਾਣਾ ਕੋਈ ਇੱਥੇ ਘਰ ਨਹੀਂ ਸੀ ਕੋਈ ਸਪੈਰ ਜਾਗਾ ਪਈ ਉਹ ਬੈਠਾ ਹੁੰਦਾ ਸੀ ਇਕੱਲਾ ਅੱਛਾ ਜਦੋਂ ਸਿੱਖ ਇੱਥੋਂ ਗਏ ਨੇ ਹਾਂ ਕੋਈ ਬੰਦੇ ਬਾਅਦ 'ਚ ਵੀ ਗਏ ਨੇ ਜਾਂ ਸਾਰੇ ਉਦੋਂ ਉਸ ਤਰੀਕ ਤੋਂ ਵਿੱਚ ਵਿੱਚ ਹੀ ਚਲੇ ਗਏ ਚਲੇ ਗਏ ਰੁਕਿਆ ਕੋਈ ਨਹੀਂ ਫਿਰ ਬਾਹਰ ਉਹਨਾਂ ਦੇ ਆਪਣੇ ਵੀ ਜਾਂਦੇ ਰਹਿਣੇ ਜਿਹੜੇ ਰਹਿ ਗਏ ਸਨ ਕੋਈ ਰਹਿ ਗਿਆ ਮਜਬੂਰੀ ਨਾਲ ਉਹਨਾਂ ਲਿਆਉਂਦੇ ਨੇ ਜਨਾਨੀਆਂ ਲਿਆਉਂਦੇ ਨੇ ਇਹ ਦਰਬੋਲ ਜਾਂਦੇ ਰਹਿਣੇ ਅੱਛਾ ਜਿਹੜਾ ਰੈਵਿੰਡ ਸ਼ਹਿਰ ਹੈ ਹਾਂ ਇਹ ਉਦੋਂ ਵਾਹਵਾ ਸ਼ਹਿਰ ਹੁੰਦਾ ਸੀ ਜਾਂ ਨਾ ਨਾ ਘੱਟ ਹੀ ਸੀ ਇੱਕ ਘਰ ਹੈਗਾ ਸੀ ਮੈਂ ਵੇਖਿਆ ਇੱਕਾ ਘਰ ਉਹ ਵੀ ਦੁਆਲੇ ਘਰ ਨੇ ਹੀ ਖੜੇ ਕੀਤੇ ਅਤੇ ਗੁਜ਼ਾਰਾ ਕਰਨਾ ਕੋਈ ਘਰ ਨਹੀਂ ਸੀ ਕੋਈ ਬਿਲਕੁਲ ਸਪੈਰ ਜਗ੍ਹਾ ਪਈ ਉਸ ਤੋਂ ਬਾਅਦ ਹੋਇਆ ਉਸ ਤੋਂ ਬਾਅਦ ਹੋਇਆ ਉਸ ਤੋਂ ਜਿਹੜੀ ਕਿ ਉਸ ਤੋਂ ਪਹਿਲੇ ਇੱਥੇ ਰੈਵਿੰਡ ਜਿਹੜਾ ਸ਼ਹਿਰ ਹੈ ਨਹੀਂ ਸੀ ਪਿੰਡ ਰੈਵਿੰਡ ਆਇਆ ਹਾਂ ਪਿੰਡ ਪਿੰਡ ਹੈਗਾ ਸੀ ਰੈਵਿੰਡ ਪੁਰਾਣਾ ਪਿੰਡ ਜਿਹਨੂੰ ਕਹਿੰਦੇ ਆ ਅਤੇ ਰੇਲਵੇ ਸਟੇਸ਼ਨ ਜਿਹੜਾ ਬਣਿਆ 47 ਤੋਂ ਪਹਿਲੇ ਕਦੇ ਤੁਸੀਂ ਗਏ ਹੋ ਉੱਥੇ ਆਹੋ ਜਾਂਦੇ ਰਹੇ ਅਸੀਂ ਚੜ੍ਹ ਕੇ ਆਉਂਦੇ ਰਹੇ ਜਾਂਦੇ ਰਹੇ ਫਿਰ ਇੱਥੇ ਵੀ ਸਾਡੀ ਬਲਾਦਰੀ ਸੀ ਰੇਲ ਗੱਡੀ ਜੋ ਅਸੀਂ ਜਾਂਦੇ ਹੁੰਦੇ ਸੀ ਅਤੇ ਸਕੂਲ ਇੱਥੇ ਇਸ ਏਰੀਏ ਦੇ ਵਿੱਚ ਕਿਹੜੇ ਪਿੰਡ 'ਚ ਸੀ ਕਿਵੇਂ ਸਕੂਲ ਪੜ੍ਹਾ ਪੜ੍ਹਦੇ ਸੀ ਜਿੱਥੇ ਮੁੰਡੇ ਮੁੰਡੇ ਵਾਲੇ ਪੜ੍ਹਾਈਆਂ ਐਡੀਆਂ ਕੋਈ ਨਹੀਂ ਸਨ ਲੇਕਿਨ ਸਕੂਲ ਤਾਂ ਹੋਣਾ ਨਾ ਕੋਈ ਸਕੂਲ ਤਾਂ ਮੈਂ ਨਾ ਆਬਾਦੀ ਜਿਹੜੇ ਪਿੱਛੇ ਬਣੀ ਨਾ ਪਿੱਛੇ ਹੀ ਬਣੇ ਨੇ ਪਹਿਲੇ ਕੋਈ ਨਹੀਂ ਸਨ ਅੱਛਾ ਉਸ ਤੋਂ ਪਹਿਲੇ ਨਹੀਂ ਸੀ 47 ਤੋਂ ਪਹਿਲੇ ਉਹ ਹਲੇ ਪੜ੍ਹਾ ਆ ਮਾਮ ਮਸਜਿਦ ਜਿਹੜਾ ਉਹਦੇ ਕੋਲ ਪੜ੍ਹਨਾ ਕੁਰਾਨ ਸ਼ਰੀਫ ਦਾਖਲ ਲੈਣਾ ਸਬਕ ਲੈਣਾ ਹੋਰ ਇਹ ਸਕੂਲ ਕੋਈ ਨਹੀਂ ਸਨ ਸ਼ਾਦੀਆਂ ਵਿਆਹ ਜਦੋਂ ਹੁੰਦਾ ਸੀ ਹਾਂ ਅਤੇ ਉਹ ਫਿਰ ਤੁਸੀਂ ਵਿੱਚ ਸ਼ਾਮਿਲ ਹੁੰਦੇ ਸੀ ਚਲੇ ਜਾਂਦੇ ਸੀ ਜਾਂ ਨਹੀਂ ਚਲੇ ਜਾਂਦੇ ਹਾਂ ਕੁਛ ਮਤਲਬ ਬੁਲਾਉਂਦੇ ਵੀ ਸੀ ਬੁਲਾਉਂਦੇ ਹਾਂ ਬੁਲਾਉਂਦੇ ਹਨ ਅਤੇ ਜਦੋਂ ਤੁਹਾਡੇ ਸ਼ਾਦੀਆਂ ਵਿਆਹ ਹੁੰਦੇ ਸੀ ਫਿਰ ਉਹ ਵੀ ਆਉਂਦੇ ਆਪਾਂ ਲਾਗੀ ਜਿਹੜੇ ਹੁੰਦੇ ਹਨ ਨਾ ਉਹਨਾਂ ਨੂੰ ਆਖਣਾ ਵੀ ਫਲਾਣੇ ਨੂੰ ਅੱਜ ਉਮਰ ਦਾ ਨੂੰ ਆਖ ਕੇ ਆਓ ਵਿਦੇ ਨੇ ਸ਼ਾਦੀ ਆਉਣਾ ਅੱਛਾ ਅੱਛਾ ਇਸ ਤਰ੍ਹਾਂ ਦੀ ਇੱਕ ਸੱਦਾ ਦਿੰਦੇ ਹਾਂ ਸੱਦਾ ਅਤੇ ਹੁਣ ਦੇਖਿਆ ਹੁਣ ਦੌਰ ਦੇਖਿਆ ਤੁਸੀਂ ਅਤੇ ਉਹ ਵੀ ਦੌਰ ਦੇਖਿਆ
ਤੇ ਕੀ ਫਰਕ ਹੈ ਉਸ ਦੌਰ ਤੇ ਹੁਣ ਵਾਲੇ ਦੌਰ ਦੇ ਵਿੱਚ? ਨਾ ਕੀ ਫਰਕ ਹੈ? ਬੜਾ ਫਰਕ ਹੈ, ਬੜਾ ਫਰਕ। ਕਿਵੇਂ ਜੀ? ਉਹ ਭਲਾ ਸੀ ਜਾਂ ਹੁਣ ਵਾਲਾ ਠੀਕ ਹੈ? ਹੁਣ ਬੁਰਾ ਆ ਗਿਆ, ਉਸ ਵੇਲੇ ਭਲਾ ਸੀ, ਉਹ ਚੰਗਾ ਦੌਰ ਸੀ। ਹਾਲਾਂਕਿ ਸਹੂਲਤਾਂ ਨਹੀਂ ਸੀ, ਨਾ 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 ਲੜਾਈ, ਨਾ ਬੁਲਾਰਾ, ਨਾ ਸਲੂਕ, ਬਹਿਣਾ ਖਲੋਣਾ ਐਡੀ ਹੋਰ ਕੋਈ ਇੱਥੋਂ ਤਲਾਬ ਦਾ ਕੋਈ ਸਿੱਖਾਂ ਦਾ ਘਰ ਹੋਵੇ ਜਾਂ ਕੋਈ ਹੋਰ ਪਿੰਡ ਦਾ ਯਾਦ ਹੋਵੇ ਤੁਹਾਨੂੰ? ਇੱਥੇ ਸ਼ਿੰਗਾਰਾ ਸਿੰਘ ਹੈਗਾ ਸੀ। ਕਿੱਥੇ? ਇੱਥੇ ਤਲਾਅ ਤੇ। ਤਲਾਅ ਤੇ ਵੱਡਾ ਘਰ ਸੀ, ਦੋ ਜਨਾਨੀਆਂ ਸਨ, ਇੱਕ ਉਹਦਾ ਪੁੱਤਰ ਚਾਨਣ ਸੀ ਉਹਦੇ ਨਾਲ। ਅੱਛਾ ਅੱਛਾ ਅੱਛਾ, ਉਹ ਸੀ। ਅਤੇ ਬਾਅਦ 'ਚ ਨਹੀਂ ਪਤਾ ਲੱਗਿਆ ਜਾ ਕੇ ਕਿੱਥੇ ਵਸੇ ਨੇ? ਬਾਅਦ 'ਚ ਫਿਰ ਉੱਧਰ ਉਹਨਾਂ ਨੂੰ ਜ਼ਮੀਨਾਂ ਮਿਲੀਆਂ ਨੇ, ਜਿਵੇਂ ਜਿਵੇਂ ਇੱਧਰ ਗਈਆਂ ਨੇ ਫਿਰ ਉਹ ਬਾਅਦ ਹੋਏ ਨੇ ਉੱਧਰ। ਅੱਛਾ, ਕੋਈ ਇਸ ਤਰ੍ਹਾਂ ਦੀ ਗੱਲ ਯਾਦ ਹੋਵੇ ਕਿ ਉਦੋਂ 47 ਤੋਂ ਪਹਿਲੇ ਜਦੋਂ ਇਹ ਮਕਸਦ ਹੈ ਕਿ ਵੰਡ ਹੋਈ, ਕੋਈ ਬੱਚਾ ਰਹਿ ਗਿਆ ਹੋਵੇ ਸਿੱਖਾਂ ਦਾ, ਕੋਈ ਔਰਤ ਰਹਿ ਗਈ ਹੋਵੇ ਕਿਸੇ ਦੇ ਘਰ 'ਚ, ਅਤੇ ਕੋਈ ਵਾਕਿਆ ਇਸ ਤਰ੍ਹਾਂ ਦਾ ਵੀ ਯਾਦ ਹੈਗਾ ਜਾਂ ਕੋਈ ਲੜਾਈ ਹੋਈ ਹੋਵੇ ਉਦੋਂ ਇਸ ਇਲਾਕੇ 'ਚ? ਹਾਂ ਬਈ, ਧੱਕੇ ਨਾਲ ਕਿਸੇ ਰੱਖਿਆ ਹੋਵੇ। ਹਾਂ, ਇਹ ਕੋਈ ਨਹੀਂ ਸੀ। ਲੜਾਈ ਕੋਈ ਹੋਈ ਹੋਵੇ ਉਸ ਦੌਰ ਦੀ, ਕੋਈ ਯਾਦ ਹੈ ਲੜਾਈ ਝਗੜਾ ਕੋਈ ਹੋਇਆ? ਨਹੀਂ ਨਹੀਂ, ਕੋਈ ਨਹੀਂ ਲੜਾਈ ਝਗੜਾ ਵੀ ਯਾਦ ਹੈਗਾ। ਅਤੇ ਹੁਣ ਅਸੀਂ ਤਾਂ ਪੈਦਾ ਹੋਏ ਜੀ ਪਾਕਿਸਤਾਨ ਦੇ ਵਿੱਚ, ਹਿੰਦੁਸਤਾਨ ਉਦੋਂ ਇਕੱਠਾ ਹੀ ਸੀ, ਹਿੰਦੁਸਤਾਨ ਅਤੇ ਪਾਕਿਸਤਾਨ ਬਣ ਗਿਆ ਸਾਰਾ ਇਕੱਠਾ ਹੀ ਸੀ। ਤੁਸੀਂ ਕੀ ਸਮਝਦੇ ਹੋ ਕਿ ਇਹ ਇਕੱਠੇ ਹੀ ਰਹਿੰਦੇ ਤਾਂ ਠੀਕ ਸੀ ਜਾਂ ਹੁਣ ਠੀਕ ਹੈ? ਅਸੀਂ ਤਾਂ ਸਮਝਿਆ ਹੈ ਬਈ ਇਹ ਕਹਿਦੇ ਆਦਮ ਦੀ ਇਹ ਆਪਦੀ ਅਕਲ ਦੀ ਗੱਲ ਸੀ। ਹਾਂਜੀ, ਇਹ ਆਉਂਦੇ ਸਨ ਬਈ ਮੁਸਲਮਾਨ ਵੱਖਰੇ ਹੋਣੇ ਚਾਹੀਦੇ ਨੇ, ਇਹ ਸਿੱਖ ਵੱਖਰੇ ਹੋਣੇ ਚਾਹੀਦੇ ਨੇ, ਆਪੋ ਆਪਦਾ ਦੀਨ ਹੋਣਾ ਚਾਹੀਦਾ। ਅੱਛਾ, ਮੈਂ ਸੁਣਿਆ ਕਿ ਜਦੋਂ ਕਤਲੋ ਗਾਰਤ ਹੋਈ ਆ, ਗੱਡੀਆਂ ਵੱਢੀਆਂ ਗਈਆਂ, ਮਾਰੇ ਗਏ ਲੋਕ, ਅਤੇ ਕਹਿੰਦੇ ਨੇ ਕੈਦੇ ਆਜ਼ਮ ਵੀ ਜਿਹੜਾ ਸੀ ਉਹ ਮੁਹੰਮਦ ਅਲੀ ਜਿਨ੍ਹਾਂ ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਸੀ? ਆ ਗਿਆ ਸੀ, ਬਿਲਕੁਲ। ਉਹਨੇ ਕਿਹਾ ਸੀ ਕਿ ਇਸ ਤਰ੍ਹਾਂ ਮੈਂ ਵੰਡ ਕਰਤਾ ਦਿੱਤੀ ਅਤੇ ਆਪਣਾ ਹੁੰਦਾ ਪਿਆ। ਅਤੇ ਇਹਦਾ ਪਤਾ ਕਿ ਇਹ ਕੈਦੇ ਆਜ਼ਮ ਨੇ ਕਿਹਾ, ਇਹ ਕਿਹਾ ਸੀ ਕਿ ਤੁਸੀਂ ਤਸ਼ੱਦਦ ਨਾਲ ਜਾਂ ਲੜਾਈ ਝਗੜੇ ਨਾਲ, ਕਿ ਉਹਦਾ ਇਹ ਮਕਸਦ ਨਹੀਂ ਸੀ? ਨਾ ਨਾ, ਉਹਨਾਂ ਦਾ ਮਕਸਦ ਵੀ ਇਹ ਕੁਦਰਤੀ ਵੰਡ ਹੈ ਅਤੇ ਹੋਣੀ ਚਾਹੀਦੀ। ਹਾਂ, ਹੋਣੀ ਚਾਹੀਦੀ ਹੈ ਰੱਬ ਵੱਲੋਂ। ਮੁਸਲਮਾਨ ਕਲਮਾ ਪੜ੍ਹਨ ਵਾਲੇ ਨੇ, ਉਹ ਆਪਦਾ ਕਲਮਾ ਆਰਾਮ ਨਾਲ ਕਰਨ ਵਾਲੇ ਨੇ, ਇਹ ਅਲੱਗ ਅਲੱਗ ਹੋਣਾ ਚਾਹੀਦਾ, ਉਹਦੀ ਅਕਲ ਸੀ। ਅਤੇ ਇਹ ਜਿਹੜਾ ਸ਼ਰਾਰਤੀਆਂ ਦੀ ਸ਼ਰਾਰਤ ਨਾਲ ਲੜਾਈਆਂ ਚੱਲ ਰਹੀਆਂ ਨੇ। ਅਤੇ ਇਸ ਤੁਹਾਡੇ ਏਰੀਏ ਦੇ ਵਿੱਚ ਕੋਈ ਲੜਾਈ ਨਹੀਂ ਹੋਈ ਹੈਗੀ? ਲੋਕ ਜਿਹੜੇ ਸਿੱਖ ਗਏ ਨੇ ਉੱਥੋਂ ਨਿਕਲ ਗਏ? ਨਾ। ਅਤੇ ਬਹੁਤ ਸ਼ੁਕਰੀਆ ਬਜ਼ੁਰਗੋ, ਤੁਸੀਂ ਸਾਨੂੰ 47 ਤੋਂ ਲੈ ਕੇ ਹੁਣ ਤੱਕ ਦੀਆਂ ਕਈ ਗੱਲਾਂ ਦੱਸੀਆਂ, ਅਤੇ ਅਸੀਂ ਜੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ। ਅਸਲਾਮ ਵਾਲੇਕੁਮ ਜੀ। ਹਾਂਜੀ, ਅਸੀਂ ਅੱਜ ਪਹੁੰਚੇ ਸੀ ਜੀ ਪਿੰਡ ਤਲਾਬ ਸਰਾਏ 'ਚ, ਜਿਹੜਾ ਪਿੰਡ ਤਲਾਬ ਸਰਾਏ ਜੀ, ਇਹਦੇ ਇੱਕ ਪਾਸੇ ਕਮਾਸ ਪਿੰਡ ਹੈ, ਇੱਕ ਪਾਸੇ ਜੀ ਇਹਦੇ ਮੁਤਕੇ ਹੈ ਧਾੜੀਵਾਲ, ਅਤੇ ਜਾਗੋ ਕੀ, ਰੋਸੇ, ਭੈਲ, ਮਾਂਗਾ ਮੰਡੀ, ਇਹ ਪਿੰਡਾਂ ਦੇ ਵਿਚਕਾਰ ਇਹ ਪਿੰਡ ਘਿਰਿਆ ਹੋਇਆ ਜੀ। ਅਤੇ ਉਦੋਂ ਇੱਥੋਂ ਦੇ ਜਿਹੜੇ ਸਿੱਖ ਸੀ ਉਹ ਬਹੁਤ ਹੀ ਕਹਿੰਦੇ ਨੇ ਕਿ ਬਜ਼ੁਰਗਾਂ ਦੇ ਬਕੌਲ ਹੈ ਕਿ ਤਕੜੇ ਸੀ, 500 ਕਿੱਲੇ ਦਾ ਮਾਲਕ ਸੀ ਅਤੇ ਕੋਈ 700 ਕਿੱਲੇ ਦਾ ਮਾਲਕ ਸੀ, ਪੜ੍ਹੇ ਲਿਖੇ ਸੀ, ਮਜਿਸਟਰੇਟ ਸੀ। ਅਤੇ ਉਹ ਕਹਿੰਦੇ ਸੀ ਕਿ ਅਸੀਂ ਸਾਡੀਆਂ ਪਤਾਲ 'ਚ ਜੜ੍ਹਾਂ ਨੇ, ਅਸੀਂ ਨਹੀਂ ਇੱਥੋਂ ਜਾਣਾ, ਅਸੀਂ ਇੱਥੇ ਹੀ ਰਹਿਣਾ। ਅਤੇ ਕਈਆਂ ਨੇ ਕਿਹਾ ਸੀ ਕਿ ਅਸੀਂ ਇੱਥੇ ਵਾਪਸ ਆ ਜਾਣਾ। ਅਤੇ ਇਹ ਵੰਡ ਹੋਈ ਜੀ 1947 ਨੂੰ, ਇਸ ਵੰਡ ਨੂੰ ਜੀ ਫਿਰ ਉਹਨਾਂ ਲੋਕਾਂ ਨੂੰ ਵੀ ਮੰਨਣਾ ਪਿਆ ਕਿ ਮੁਸਲਮਾਨ ਜਿਹੜੇ ਸੀ ਉਹ ਹਿਜਰਤ ਕਰਕੇ ਇੱਧਰ ਆ ਗਏ, ਅਤੇ ਇੱਧਰੋਂ ਜਿਹੜੇ ਸਿੱਖ ਸੀ ਉਹ ਹਿਜਰਤ ਕਰਕੇ ਉੱਧਰ ਹਿੰਦੁਸਤਾਨ ਚਲੇ ਗਏ। ਅੱਜ ਵੀ ਬੜੇ ਹੀ ਲੋਕ ਇਸ ਚੀਜ਼ 'ਤੇ ਕੰਮ ਕਰਦੇ ਪਏ ਨੇ ਜੀ, ਅਤੇ ਅਸੀਂ ਕਰਦੇ ਰਹੀਦਾ ਜੀ ਪ੍ਰੋਗਰਾਮ ਆਪਣੇ ਦੇ ਵਿੱਚ ਇਹੀ ਗੱਲਾਂ ਨੂੰ। ਲੇਕਿਨ ਅਸੀਂ ਜ਼ਿਆਦਾਤਰ ਕੋਸ਼ਿਸ਼ ਕਰੀਦੀ ਕਿ ਜਿਹੜੇ ਉੱਧਰੋਂ ਬਜ਼ੁਰਗ ਹਿਜਰਤ ਕਰਕੇ ਆਏ ਨੇ ਉਹਨਾਂ ਕੋਲੋਂ ਪੁੱਛੀਦਾ ਕਿ ਉੱਧਰ ਕਿਸ ਤਰ੍ਹਾਂ ਦੇ ਹਾਲਾਤ ਸੀ। ਅਤੇ ਅੱਜ ਸਾਡਾ ਇਹ ਮਕਸਦ ਸੀ ਪ੍ਰੋਗਰਾਮ ਬਣਾਉਣ ਦਾ ਕਿ ਅਸੀਂ ਬਜ਼ੁਰਗ ਸਾਡੇ ਜਿਹੜੇ ਉਮਰ ਦਰਾਜ਼ ਜੀ ਨੇ, ਹਾਜੀ ਉਮਰ ਦਰਾਜ਼ ਸਾਹਿਬ ਨੇ, ਇਹਨਾਂ ਦੀ ਉਦੋਂ ਤਕਰੀਬਨ ਕੋਈ 17-18 ਸਾਲ ਦੀ ਉਮਰ ਸੀ, ਅਤੇ ਇਹਨਾਂ ਨੂੰ ਉਦੋਂ ਦੀ ਹੋਸ਼ ਹੈ ਵੀ ਉਦੋਂ ਇੱਥੇ ਕਿਸ ਤਰ੍ਹਾਂ ਦਾ, ਇਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਸੀ। ਸੋ ਇਜਾਜ਼ਤ ਦਿਓ ਜੀ, ਕਿਸੇ ਨਵੇਂ ਵੀਡੀਓ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਜੀ ਅਸੀਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਆਪਣੇ ਪ੍ਰੋਗਰਾਮ ਗੁਆਚੀਆਂ ਰੂਹਾਂ ਨੂੰ। ਅਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ।